ਬੰਦਿਆਂ ਦੇ ਤੁਸੀਂ ਹੁਣੀ ਦੇਖਿਆ ਪਿੱਛੇ ਰਾਹ ਦੇ ਵਿੱਚ ਇੱਕ ਬੰਦੇ ਦਾ ਐਕਸੀਡੈਂਟ ਹੋਇਆ ਪਿਆ ਸੀਗਾ। ਉਹ ਬੰਦੇ ਨੂੰ ਬਹੁਤ ਸਾਹ ਥੋੜੇ ਆ ਰਹੇ ਸੀ। ਐਂਬੂਲੈਂਸ ਆਈ ਆ, ਮੌਕੇ ਤੇ ਐਕਸੀਡੈਂਟ ਹੋਇਆ। ਵੈਲਕਮ ਮਿੱਤਰੋ, ਨਿਊ ਬਲੌਗ। ਅੱਜ ਆਪਣਾ ਬਲੌਗ ਪਹਿਲਾ ਹੈਗਾ ਚੈਨਲ ਆਪਣਾ ਯੂਟਿਊਬ ਤੇ ਨਵਾਂ ਖੋਲਤਾ, ਤੇ ਹੁਣ ਅਸੀਂ ਪਾਇਆ ਕਰਾਂਗੇ ਤੁਹਾਡੇ ਖਾਤਰ ਵੀਡੀਓ ਘੈਂਟ ਘੈਂਟ ਜਿਹੜਾ ਸਾਡੇ ਨਾਲ ਦਿਨ ਚ ਹੁੰਦਾ ਕਿ ਕੁਛ ਦਿਨ ਚ ਕਰਦੇ ਆ। ਉਹ ਚੁੱਪ ਕਰ ਜਾਓ ਮਾੜਾ ਜਿਹਾ, ਮੈਂ ਬਲੌਗ ਬਣਾਈ ਜਾਂਦਾ। ਚਲੋ ਮਿੱਤਰੋ, ਵੀਡੀਓ ਕਰਦੇ ਸਟਾਰਟ, ਦੇਖਦੇ ਰਹੋ। ਇੱਦੇ ਬਲੌਗ ਤੁਹਾਨੂੰ ਦਿਖਾਵਾਂਗੇ ਫਿਰ ਵੀ ਕੀ ਕੁਛ ਹੁੰਦਾ ਇਹਦੇ, ਕੀ ਕੁਛ ਨਹੀਂ ਹੁੰਦਾ। ਮਿੱਤਰਾ, ਇਹ ਆਪਣਾ ਮੋਟਰਸਾਈਕਲ, ਆਈ ਮੀਨ ਆਪਣਾ ਬੋਲਟ, ਇਹਨੂੰ ਖੜੇ ਨੂੰ ਬਹੁਤ ਟਾਈਮ ਹੋ ਗਿਆ ਅਤੇ ਅੱਜ ਆਪਾਂ ਇਹਨੂੰ ਧੋਵਾਂਗੇ ਅਤੇ ਅੱਗੇ ਆਪਾਂ ਜਾਵਾਂਗੇ ਇੱਕ ਫੋਟੋ ਸ਼ੂਟ 'ਤੇ, ਭੂਤੀਆ ਫੋਟੋ ਸ਼ੂਟ। ਲੋ ਵੀ ਮਿੱਤਰੋ, ਆਪਾਂ ਅੱਜ ਬੁਲਟ ਨੂੰ ਕਰਨ ਲੱਗਿਆ ਸਾਫ਼, ਤੁਸੀਂ ਦੇਣਾ ਸਾਥ ਨਹੀਂ, ਸਾਥ ਨਹੀਂ ਦੇਣਾ ਸੀ ਆਪੇ ਧੋਣਾਂਗੇ, ਕਿਉਂਕਿ ਲਿਬੜਿਆ ਪਿਆ ਬਾਹਲਾ। ਅਤੇ ਹੁਣ ਤੁਸੀਂ ਵੀਡੀਓ ਦੇਖਦੇ ਰਹੋ ਅਤੇ ਬਣੇ ਰਹੋ ਸਾਡੇ ਨਾਲ, ਦੇਖਦੇ ਰਹੋ। ਆਪਾਂ ਬੁਲਟ ਹੁਣ ਧੋ ਕੇ ਆਏ ਹਾਂ ਅਤੇ ਹੁਣ ਆਪਾਂ ਖਾਣੀ ਆ ਰੋਟੀ, ਕਿਉਂਕਿ ਆਪਾਂ ਲੱਗ ਗਏ ਬੁਲਟ ਧੋਂਦੇ ਧੋਂਦੇ ਭੁੱਖ, ਅਤੇ ਉਸ ਤੋਂ ਬਾਅਦ ਆਪਾਂ ਅੱਗੇ ਹੀ ਕਰਦੇ ਵੀਡੀਓ ਸਟਾਰਟ, ਸਾਡੇ ਨਾਲ ਬਣੇ ਰਹੋ ਇੱਦਾਂ ਹੀ। ਫਿਊ ਮੋਮੈਂਟਸ ਲੇਟਰ, ਰੋਟੀ ਆਪਾਂ ਖਾ ਲਈ ਅਤੇ ਮਿੱਤਰੋ ਆਪਾਂ ਹੁਣ ਕਰਾਉਣਾ ਹੇਅਰ ਕੱਟ, ਤੁਹਾਨੂੰ ਲੈ ਕੇ ਚੱਲਦੇ ਹਾਂ ਸਾਡੇ ਸਲੂਨ 'ਚ, ਦਿਖਾਉਂਦੇ ਹਾਂ ਉੱਥੇ ਕੀ ਬਣਦਾ। ਮਿੱਤਰੋ, ਹੁਣ ਆਪਾਂ ਨਹਾ ਧੋ ਕੇ ਪੂਰੇ ਰੈਡੀ ਹਾਂ ਅਤੇ ਹੁਣ ਆਪਾਂ ਜਾ ਰਹੇ ਹਾਂ ਤੁਹਾਨੂੰ ਫੋਟੋ ਸ਼ੂਟ 'ਤੇ ਲੈ ਕੇ।
ਉੱਥੇ ਤੁਹਾਨੂੰ ਦਿਖਾਉਂਦੇ ਹਾਂ ਘਰ ਬੰਗਲੇ ਪੂਰੇ ਭੂਤੀਆ ਬੰਗਲੇ ਪੂਰੇ ਡਰਾਵਣੇ ਤੁਹਾਨੂੰ ਦਿਖਾਉਂਦੇ ਜਾ ਕੇ ਦੇਖੋ ਤੁਸੀਂ ਨਜ਼ਾਰੇ ਸਾਡੇ ਨਾਲ ਵੀਡੀਓ 'ਤੇ ਬਣੇ ਰਹੋ ਅੱਗੇ। ਲੋ ਵੀ ਮਿੱਤਰੋ ਆਪਾਂ ਸਾਰੇ ਹੁਣ ਰੈਡੀ ਹੈ, ਯਾਰ ਦੋਸਤ ਆਪਣੇ ਆ ਚੁੱਕੇ ਸਾਰੇ ਲੋਕੇਸ਼ਨ 'ਤੇ ਭੂਤਵਾਲੀ 'ਤੇ, ਅਤੇ ਹੁਣ ਆਪਾਂ ਬਸ ਤੇਲ ਪਵਾ ਕੇ ਮੋਟਰਸਾਈਕਲ 'ਤੇ ਉੱਥੇ ਜਾ ਰਹੇ ਹਾਂ। ਤੁਹਾਨੂੰ ਸਾਰਿਆਂ ਨੂੰ ਮਿਲਦੇ ਹਾਂ ਹੁਣ ਭੂਤੀਆ ਲੋਕੇਸ਼ਨ 'ਤੇ। ਬੁਲਟ 'ਚ ਆਪਣੇ ਤੇਲ ਨਾ ਮੁੱਕ ਜੇ ਕਿਉਂਕਿ ਪੀਂਦਾ ਹੀ ਵਾਲਾ ਬੰਦਰ ਇਹ। ਆਪਾਂ ਇੱਥੇ ਵੀਡੀਓ ਸ਼ੂਟ ਕਰਨ ਆਏ ਜਿੱਥੇ ਹੋ ਗਿਆ ਐਕਸੀਡੈਂਟ ਤਕੜਾ। ਐਂਬੂਲੈਂਸ ਆਈ ਆ ਮੌਕੇ 'ਤੇ, ਐਕਸੀਡੈਂਟ ਹੋਇਆ ਮੋਟਰਸਾਈਕਲ ਦਾ ਅੱਗੇ ਗੱਡੀ ਨਾਲ। ਮੌਕੇ 'ਤੇ ਸੀਗੇ ਤੁਸੀਂ ਇੱਥੇ? ਜਲਦੀ ਕਰੋ। ਮਿੱਤਰੋ ਆਪਾਂ ਰਹੇ ਸੀ ਆਪਣੀ ਲੋਕੇਸ਼ਨ 'ਤੇ, ਤੁਸੀਂ ਹੁਣੀ ਦੇਖਿਆ ਪਿੱਛੇ ਰਾਹ ਦੇ ਵਿੱਚ ਇੱਕ ਬੰਦੇ 'ਤੇ ਐਕਸੀਡੈਂਟ ਹੋਇਆ ਪਿਆ ਸੀਗਾ। ਉਹ ਬੰਦੇ ਨੂੰ ਬਹੁਤ ਸਾਹ ਥੋੜ੍ਹੇ ਆ ਰਹੇ ਸੀਗੇ, ਅਤੇ ਤੁਸੀਂ ਸਾਰਿਆਂ ਨੇ ਪ੍ਰੇਅ ਕਰਨੀ ਹੈ ਵਾਹਿਗੁਰੂ ਨੂੰ ਕਿ ਉਹ ਬੰਦਾ ਬਚ ਜੇ, ਅਤੇ ਹੋ ਸਕਿਆ ਆਪਾਂ ਅਗਲੀ ਵੀਡੀਓ ਤੁਹਾਨੂੰ ਬੰਦੇ ਦਾ ਹਾਲ ਚਾਲ ਦੱਸਾਂਗੇ, ਬੰਦਾ ਕਿਵੇਂ, ਅਤੇ ਤੁਹਾਨੂੰ ਮਿਲਾਉਣ ਦੀ ਕੋਸ਼ਿਸ਼ ਵੀ ਕਰਾਂਗੇ। ਅਤੇ ਆਪਣੀ ਲੋਕੇਸ਼ਨ 'ਤੇ ਆ ਰਹੇ ਆਪਣੇ ਯਾਰ ਦੋਸਤ ਸਾਰੇ ਆ ਰਹੇ, ਹੈਲੋ ਕਰ ਦਿਓ ਮਿੱਤਰੋ ਸਾਰਿਆਂ ਨੂੰ। ਆ ਤੁਹਾਨੂੰ ਲੋਕੇਸ਼ਨ ਦਿਖਾਉਂਦੇ ਹਾਂ। ਆਪਣੇ ਨਾਲ ਹੋਰ ਵਾਪਰ ਗਈ, ਆਪਣਾ ਫੋਟੋਗ੍ਰਾਫਰ ਹਜੇ ਤੱਕ ਪਹੁੰਚੇ ਨੂੰ ਫੋਨ ਤੇ ਫੋਨ ਲਾਈ ਜਾਂਦੇ ਆ। ਹੋਰੇ ਕੀ ਕਹਿੰਦਾ ਹਜੇ ਤੱਕ? ਉਹ ਟਾਈਮ ਦੱਸੀ ਜਾਂਦਾ ਵੀ ਇੰਨਾ ਟਾਈਮ ਲੱਗੂ, ਇੰਨਾ ਟਾਈਮ ਲੱਗੂ, ਮੈਨੂੰ ਤਾਂ ਲੱਗਦਾ ਮੁਸ਼ਕਿਲ ਹੀ ਆ ਉਹਦਾ ਕੰਮ। A few minutes later. ਲੋ ਵੀ ਮਿੱਤਰੋ ਤੁਹਾਨੂੰ ਲੋਕੇਸ਼ਨ ਦੇ ਅੰਦਰ ਲੈ ਕੇ ਜਾਂਦੀ ਹੈ। ਆਜੋ ਮਿੱਤਰੋ, ਪਹਿਲਾਂ ਦੇਖੋ ਕਿਹੜਾ ਜਾਂਦਾ। ਆਜੋ ਆਜੋ, ਕਿਹੜਾ ਆਓ ਕਿ ਮੇਰੇ ਨਾਲ ਆਜੋ ਜੀ। ਇੱਦਾਂ ਦੀ ਰਹੀ ਬਹੁਤ ਹੈ ਜਿਹੜੇ ਕਾਂਚੀ ਕਾਂਚੀ ਖੜਿਆ ਪਿਆ ਪੈਰਾਂ 'ਚ, ਕੰਚ ਨਾ ਵੱਜ ਜੀ। ਗਾਵਾਂ ਆਜੋ ਇੱਧਰ ਦਿਖਾਓ। ਕੰਚ ਵੱਜ ਗਿਆ, ਉਹ ਬੜੀ ਕੰਚ ਵੱਜ ਗਿਆ ਸਾਡੇ ਬੰਦੇ ਦੇ, ਕੰਚ ਵੱਜ ਗਿਆ। ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ, ਕੰਚ ਬਹੁਤ ਜ਼ਿਆਦਾ ਪਿਆ ਸੀ। ਉਹ ਭੈਣ ਦਾ ਲਿਆ ਗਿਆ ਬਾ ਹਸਪਤਾਲ ਲੈ ਕੇ ਜਾਂਦੇ, ਪਹਿਲਾਂ ਪੱਟੀ ਪੁੱਟੀ ਕਰਵਾਉਂਦੇ ਆ। ਲੋਕੇਸ਼ਨ ਤੁਹਾਨੂੰ ਅਸੀਂ ਅਗਲੀ ਵੀਡੀਓ 'ਚ ਦਿਖਾਵਾਂਗੇ। ਸੋਰੀ, ਬਹੁਤ ਬਹੁਤ ਸੋਰੀ ਤੁਹਾਨੂੰ ਇਸ ਕੰਮ ਖਾਤਰ, ਸਾਡੇ ਬੰਦੇ ਦੇ ਸੱਟ ਵੱਜੀ। ਤੁਸੀਂ ਇਹਦੇ ਖਾਤਰ ਵੀ ਪ੍ਰੇ ਕਰੋ ਕਿ ਵਿਚਾਰਾ ਜਲਦੀ ਠੀਕ ਹੋ ਜਾਏ। ਕੰਚ ਬਹੁਤ ਜ਼ਿਆਦਾ ਫਿਰ ਗਿਆ, ਸੱਚੀ ਮਜ਼ਾਕ ਦੀ ਗੱਲ ਨਹੀਂ ਹੈਗੀ। ਵੀਡੀਓ ਦੇ ਨਾਲ ਤੁਸੀਂ ਇੱਦਾਂ ਬਣੇ ਰਹੋ। ਆਜੋ ਆਜੋ, ਖੜਾ ਕਰੋ, ਆਜੋ ਕਮੈਂਟ ਖੜਤਾ ਜਾ। ਆਜੋ
ਚੱਕ ਲੋ ਕਰਦੇ ਆ ਅੱਗੇ ਵੀਡੀਓ, ਤੁਹਾਨੂੰ ਅੱਗੇ ਦਿਖਾਉਂਦੇ ਕੀ ਹੁੰਦਾ ਸਾਡੇ ਬੰਦੇ ਦੇ ਨਾਲ। साहब मुझे बवासीर है पर ऑपरेशन से। ਟਾਂਕੇ ਲੱਗਣਗੇ ਡਾਕਟਰ ਨੇ ਕਹਿੰਦਾ ਟਾਂਕੇ ਲੱਗਣਗੇ ਟਾਂਕੇ ਟਾਂਕੇ ਲਵਾਲਾ ਟਾਂਕੇ ਲਵਾਲਾ ਬਈ ਛੇਤੀ ਆਰਾਮ ਹੋ ਜਾਂਦਾ ਪਾਕ ਪੂਕ ਬੜਾ ਕੁਛ ਪੈ ਜਾਂਦਾ ਸਹੀ ਹੈ ਨਾ ਟਾਂਕੇ ਲਵਾ ਦਲੇਰ ਬਹੁਤ ਹੈ ਬੰਦਾ ਦਰਦ ਨੀ ਮੰਨਦਾ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ ਕੋਈ ਨਾ ਬਣਾ ਦਾਂਗੇ ਬਈ ਮਣ ਕੇ ਪੱਟੀ ਕਰ ਦੇ ਯਾਰ ਆਈ ਨਾ ਕਰ ਚਲੋ ਬੰਦੇ ਦੇ ਡਿਪਰੈਸ਼ਨ ਚ ਪੈ ਰਿਹਾ